ਤੁਹਾਡਾ ਸਵਾਗਤ ਹੈ ਸਾਡੇ ਚੈਨਲ ਈਜ਼ੀ ਵੇ ਆਫ ਕੁਕਿੰਗ 'ਚ। ਇਹਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸੂਜੀ ਦਾ ਹਲਵਾ ਬਣਾਉਣਾ ਸਿਖਾਉਂਦੀ ਹਾਂ। ਇਹਦੇ ਲਈ ਪਹਿਲਾਂ ਆਪਾਂ ਨੂੰ ਚਾਹੀਦਾ ਘਿਓ। ਆਪਾਂ ਗੈਸ ਔਨ ਕਰ ਲਿੱਤਾ, ਹੁਣ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ। ਇਹ ਮੇਰੇ ਕੋਲ ਸੂਜੀ, ਇੱਕ ਕੌਲੀ ਸੂਜੀ ਹੈ, ਇੱਕ ਕੌਲੀ ਚੀਨੀ ਦੀ ਹੈ। ਇਹਦੇ ਅਕੋਰਡਿੰਗ ਆਪਾਂ ਘਿਓ ਪਾਉਣਾ। ਘਿਓ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਓ। ਇਹ ਮੈਂ ਡਾਲਡਾ ਘਿਓ ਲਿਆ ਆ, ਤੁਸੀਂ ਦੇਸੀ ਘਿਓ ਵੀ ਲੈ ਸਕਦੇ ਹੋ। ਹੁਣ ਆਪਣਾ ਘਿਓ ਪਿਘਲ ਚੁੱਕਿਆ, ਆਪਾਂ ਇਹਦੇ ਵਿੱਚ ਹੁਣ ਸੂਜੀ ਪਾ ਦਵਾਂਗੇ। ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ, ਬਰਾਊਨ ਕਰਨਾ ਆਪਾਂ ਇਹਨੂੰ। ਆਪਣੀ ਸੂਜੀ ਭੁੱਜ ਰਹੀ ਹੈ। ਸੂਜੀ ਨੂੰ ਆਪਾਂ ਲੋਅ ਫਲੇਮ 'ਤੇ ਭੁੰਨਣਾ, ਗੈਸ ਨੂੰ ਤੇਜ਼ ਨਹੀਂ ਕਰਨਾ। ਅਤੇ ਸੂਜੀ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਭੁੰਨਣੀ ਹੈ, ਕੱਚੀ ਨਹੀਂ ਰਹਿਣ ਦੇਣੀ, ਇਹਨੂੰ ਹਿਲਾਉਂਦੇ ਰਹਿਣਾ ਆਪਾਂ ਵੀ ਬਰਾਬਰ ਸਾਰੀ ਭੁੰਨੀ ਜਾਵੇ। ਆਪਣੀ ਸੂਜੀ ਭੁੰਨਣੀ ਸ਼ੁਰੂ ਹੋ ਗਈ ਹੈ, ਬਰਾਊਨ ਹੋ ਗਈ ਪੂਰੀ, ਉਹਨੇ ਘੀ ਛੱਡ ਦਿੱਤਾ। ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਂਦੇ, ਹੋਰ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ, ਕਿਉਂਕਿ ਆਪਾਂ ਇਹਦੇ ਵਿੱਚ ਚੀਨੀ ਵੀ ਐਡ ਕਰਨੀ ਹੈ। ਆਹ ਹੁਣ ਆਪਾਂ ਚੀਨੀ ਐਡ ਕਰ ਦਿੱਤੀ ਹੈ, ਜਿੰਨੀ ਆਪਾਂ ਸੂਜੀ ਲਈ ਉੱਨੀ ਆਪਾਂ ਚੀਨੀ ਲੈਣੀ, ਇੱਕ ਕੌਲੀ ਚੀਨੀ ਦੀ ਲਈ ਅਤੇ ਇੱਕ ਕੌਲੀ ਆਪਣੇ ਕੋਲ ਸੂਜੀ ਦੀ। ਇਹਨੂੰ ਘੱਟ ਫਲੇਮ 'ਤੇ ਆਪਾਂ ਪਕਾਈ ਜਾਣਾ ਜਦ ਤੱਕ ਇਹਦਾ ਪਾਣੀ ਸੁੱਕ ਨਹੀਂ ਜਾਂਦਾ, ਅਬਜ਼ੋਰਬ ਨਹੀਂ ਹੋ ਜਾਂਦਾ ਪਾਣੀ। ਆਪਣਾ ਹਲਵਾ ਤਿਆਰ ਹੋ ਚੱਲਿਆ। ਹਾਂ ਦੇਖੋ ਸਾਡਾ ਹਲਵਾ ਤਿਆਰ ਹੋ ਗਿਆ। ਇਹਦਾ ਤਿਆਰ ਹੋਣ ਦਾ ਇਹ ਪਛਾਣ ਹੈ, ਇਹ ਕੜਾਹੀ ਨੂੰ ਛੱਡਣ ਲੱਗ ਜਾਂਦਾ। ਹਾਂ ਦੇਖੋ ਛੱਡਣ ਲੱਗ ਗਿਆ ਨਾ ਬਰਤਨ ਨੂੰ, ਇਹਦਾ ਮਤਲਬ ਆਪਣਾ ਹਲਵਾ ਤਿਆਰ ਹੈ। ਆਪਾਂ ਗੈਸ ਨੂੰ ਹੁਣ ਬੰਦ ਕਰ ਦਿੰਦੇ ਹਾਂ। ਹੁਣ ਆਪਾਂ ਇਹਦੀ ਪ੍ਰੈਜੈਂਟੇਸ਼ਨ ਕਰਦੇ ਹਾਂ। ਆ ਲਓ ਜੀ ਆਪਣਾ ਸੂਜੀ ਦਾ ਹਲਵਾ ਤਿਆਰ ਹੈ, ਤੁਸੀਂ ਵੀ ਇਹਨੂੰ ਘਰ ਟਰਾਈ ਕਰੋ, ਬਹੁਤ ਵਧੀਆ ਬਣਦਾ, ਛੇਤੀ ਬਣਿਆ ਨਾਲੇ। ਅਤੇ ਜੇ ਤੁਹਾਨੂੰ ਮੇਰਾ ਚੈਨਲ ਪਸੰਦ ਆਉਂਦਾ ਤਾਂ ਪਲੀਜ਼ ਸਬਸਕ੍ਰਾਈਬ ਕਰੋ, ਕਮੈਂਟਸ ਜ਼ਰੂਰ ਕਰੋ। ਧੰਨਵਾਦ।